ਕਿਹੜੇ ਡੀਐਸਪੀ ਸਾਹਿਬ ਦਾ ਐਕਸੀਡੈਂਟ ਹੋਇਆ, ਕੀ ਮਾਮਲਾ ਕੀ ਹੈ? ਇਹ 31 ਦਸੰਬਰ ਦੀ ਮਿਡਨਾਈਟ ਨੂੰ ਜਿਹੜਾ ਹੈਗਾ, ਸਵੇਰੇ 1:30-2 ਵਜੇ ਦੇ ਕਰੀਬ ਦੀ ਗੱਲ ਹੈ। ਸਾਡੇ ਥਾਣਾ ਡਿਵੀਜ਼ਨ ਨੰਬਰ 2 ਦੇ ASE ਡਿਊਟੀ ਅਫਸਰ ਸੀ, ਉਹਨੂੰ ਇਤਲਾਹ ਮਿਲੀ ਸੀ ਵੀ ਇਸ ਤਰ੍ਹਾਂ ਕੋਈ ਬੋਡੀ ਬਸੀ ਬਾਵਾ ਖੇਲ ਜਿਹੜਾ ਹੈਗਾ ਪੁਲਿਸ ਵਾ ਉਹਦੇ ਨੇੜੇ ਪਈ ਹੈ। ਸੋ ਉੱਥੇ ਜਾ ਕੇ ਚੈੱਕ ਕੀਤਾ ਗਿਆ। ਜਦੋਂ ਮੌਕੇ 'ਤੇ ਡਿਊਟੀ ਅਫਸਰ ਪਹੁੰਚਿਆ ਤਾਂ SHO ਜਾ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਕੋਈ ਹੈੱਡ ਇੰਜਰੀ ਜਿਹੜੀ ਹੈਗੀ ਆ ਉਹਨਾਂ ਦੇ ਸਿਰ 'ਤੇ ਸੀ। ਸੋ ਇਸ ਸੰਬੰਧੀ ਡਿਟੇਲ ਅਸੀਂ ਪੜਤਾਲ ਕਰ ਰਹੇ ਹਾਂ ਵੀ ਇਹ ਕੀ ਕਾਰਨ ਕੀ ਹੈ, ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਕੀ ਨਾਮ ਹੈ ਤੇ ਕਿੱਥੇ ਪੋਸਟਡ ਸੀ? ਇਹ ਦਲਬੀਰ ਸਿੰਘ DSP ਸੀਗੇ, IRB ਰੱਡਾ ਕੁੱਟੀ ਪੋਸਟਡ ਸੀ। ਪਤਾ ਲੱਗਿਆ ਕਿਸ ਹਾਲਾਤ ਦੇ ਵਿੱਚ ਜਾਂ ਐਕਸੀਡੈਂਟ ਹੋਇਆ ਜਾਂ ਕਿਸੇ ਨੇ ਮਾਰੇ? ਦਿਸ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਤੇ ਉਹ ਹੁਣ ਚੈੱਕ ਕਰ ਰਹੇ ਹਾਂ ਅਸੀਂ ਸਾਰਾ ਪਤਾ ਵੀ ਕੀ ਕਾਰਨ ਕੀ ਹੈ, ਵੀ ਐਕਸੀਡੈਂਟ ਕਾਰਨ ਹੈ ਜਾਂ ਕੋਈ ਹੋਰ ਰੀਜ਼ਨ ਹੈ। ਕਿੱਦਾਂ ਐਕਸੀਡੈਂਟ ਹੁੰਦਾ, ਗੱਡੀ ਵੱਜਦੀ ਹੈ, ਗੱਡੀ ਤੋੜ ਟੁੱਟੀ ਜਾਂਦੀ ਹੈ, ਇਦਾਂ ਦੇ ਲੱਗਦਾ ਤੁਹਾਨੂੰ ਲੱਗਦਾ ਕੋਈ ਸ਼ਰਾਰਤੀ ਅੰਸਰ ਹੋਵੇ? ਨਹੀਂ, ਫਿਲਹਾਲ ਕੁਛ ਕਹਿ ਨਹੀਂ ਸਕਦੇ ਕਿਉਂਕਿ ਜਿਹੜੀ ਬੋਡੀ ਜੇ ਇਕੱਲਾ ਉਹਨਾਂ ਦੀ ਬੋਡੀ ਦੇ ਨੇੜੇ ਕੋਈ ਹੋਰ ਵਹੀਕਲ ਜਾਂ ਕੋਈ ਹੋਰ ਕੋਈ ਚੀਜ਼ ਨਹੀਂ ਸੀ, ਲੇਕਿਨ ਇਹ ਹੁਣ ਤਰੀਕੇ ਤੋਂ ਫਾਈਂਡ ਆਊਟ ਕਰ ਰਹੇ ਹਾਂ ਅਸੀਂ। ਨਾਲ ਹੀ ਪਿੰਡ ਹੈ ਬਸਤੀ ਬਾਬਾ ਖਾਲ ਦਾ, ਨਾਲ ਹੀ ਪਿੰਡ ਹੈਗਾ ਇਹਨਾਂ ਦਾ, ਨੇੜੇ ਉਹ ਸਾਈਡ ਹੀ ਰਹਿੰਦੇ ਨੇ। ਨਹੀਂ, ਫੈਮਿਲੀ ਨਾਲ ਜੇ ਕੋਈ ਰਾਬਤਾ ਨਹੀਂ ਕਿਹਾ ਹੋ ਸਕਿਆ। ਸੋ ਫਰਦਰ ਜਿਹੜਾ ਹੈਗਾ ਅਸੀਂ ਪੜਤਾਲ ਕਰ ਰਹੇ ਹਾਂ। ਉੱਥੇ ਕੋਈ CCTV ਕੈਮਰਾ ਦੇ ਵਿੱਚ ਕੁਛ ਆਇਆ? CCTV ਕੈਮਰੇ ਅਸੀਂ ਚੈੱਕ ਕਰਵਾ ਰਹੇ ਹਾਂ। ਸੋ ਅਸੀਂ ਉਹ ਮੌਕੇ ਮੁਤਾਬਕ ਜਿਹੜੇ ਹੋਰ ਜਿਹੜੇ ਉਸ ਰਸਤਾ ਪੈਂਦਾ ਜਾਂ ਹੋਰ ਵੀ ਪ੍ਰੋਪਰ ਚੈੱਕ ਕਰਵਾਵਾਂਗੇ, ਲੇਕਿਨ ਉਹ ਤੋਂ ਬਾਅਦ ਹੀ ਅਪਡੇਟ ਦੇਵਾਂਗੇ। ਠੀਕ ਹੈ ਸਰ।